ਤੂੰ ਭਾਜਪਾ ਨੂੰ ਕਿਸ ਤਰ੍ਹਾਂ ਦੇਖ ਲਿਓ ਪੰਜਾਬ ਦੇ ਵਿੱਚ? ਬਾਈ ਹੌਲੀ ਬੋਲੋ, ਕਦੇ ਆਪਣੇ ਵਿਚਾਰ ਜਿਵੇਂ ਦੁਨੀਆ ਦੇਖੇ ਰਹੇ ਸੀ, ਹੈ ਨਾ? ਪੰਜਾਬ ਨਾਲ ਪੰਗਾ ਲਿਆ ਵਾ, ਤੈਨੂੰ ਪਤਾ ਹੀ ਆ ਬਾਈ। ਕਿਹੜੇ ਕਿਹੜੇ ਲੀਡਰ ਨੂੰ ਤਿਆਰ ਕੀਤੀ ਜਾ ਰਹੀ ਹੈ ਸ਼ਰਧਾਈਆਂ? ਸ਼ਰਧਾਈਆਂ ਤਾਂ ਬਾਬਾ ਜੀ ਆਪਣੇ ਭਾਰਤ ਦੇ ਲੀਡਰਾਂ ਦਾ ਤਾਂ ਬਾਈਕ ਆ ਕਿਸਾਨਾਂ ਵਾਲੇ ਮਸਲੇ ਕਰਕੇ ਦੇਖੋ ਸਾਡਾ ਹੱਲ ਨਹੀਂ ਕਰਿਆ ਹੈਗਾ। ਬਾਕੀ ਬੰਦੀ ਸਿੰਘ ਰਿਹਾ ਨਹੀਂ ਕਰੇ 40-40 50-50 ਸਾਲ ਹੋ ਗਏ। ਬਾਕੀ ਸਾਡੇ ਸਿੰਘ ਦਿਬਰੂਗੜ੍ਹ ਜੇਲ੍ਹ 'ਚ ਪਹੁੰਚਾ ਤੇ। ਕਿਸੇ ਪਾਰਟੀ ਤੋਂ ਉਮੀਦ ਹੈਗੀ ਹੈ ਕਿ ਲੋਕਾਂ ਦੀ ਆਵਾਜ਼ ਸੁਣੀ ਜਾਵੇ? ਅੰਮ੍ਰਿਤਪਾਲ ਅਜੇ ਕੋਈ ਨਹੀਂ ਦੌਰ ਹੈ, ਵੋਟ ਪਾਉਣੀ ਨਹੀਂ ਚਾਹੀਦੀ ਪਹਿਲੀ ਗੱਲ। ਕਿਉਂ ਕੰਮ ਨਾ ਕੋਈ ਕਰਦੀ ਨਹੀਂ ਪਾਰਟੀ? ਜਿਹੜੇ ਬਦਲਾਅ ਦੀ ਨੀਅਤ ਨਾਲ ਪੰਜਾਬ ਨੇ ਨਵੀਂ ਪਾਰਟੀ ਨੂੰ ਮੌਕਾ ਦਿੱਤਾ ਸੀ, ਉਸ ਬਦਲਾਅ ਦੀ ਗੱਲ ਕਰ। ਕਿਸ ਚੀਜ਼ ਦਾ ਬਦਲਾਅ ਜੀ? ਬਿਜਲੀ ਫਰੀ ਕਰੀ ਆ, ਕਹਿੰਦੇ ਪੈਸੇ ਲਓ ਬਿਜਲੀ ਦੇ, ਫਰੀ ਕਦੇ ਕਰੀ ਬਈ? ਪੈਸੇ ਲਓ ਯਾਰ, ਫਰੀ ਦਾ ਮਤਲਬ ਕਿਆ ਬਣਦਾ ਕਰਨੇ ਦਾ? ਕਿਸੇ ਨੇ ਕੰਮ ਕਰਿਆ ਹੈਗਾ ਨਾ ਕਰ ਜਾਏਗਾ, ਨਾ ਅਸੀਂ ਵੋਟਾਂ ਪਾਉਣੀ। ਸੋ ਇਲੈਕਸ਼ਨ ਦਾ ਦੌਰ ਹੈ ਅਤੇ ਗਰਾਊਂਡ ਲੈਵਲ ਦੇ ਉੱਪਰ ਕਿਸ ਪਾਰਟੀ ਦਾ ਜ਼ੋਰ ਹੈ, ਕਿਹੜੇ ਮੁੱਦਿਆਂ ਦੇ ਉੱਪਰ ਜਿਹੜੇ ਲੋਕ ਚਰਚਾ ਚਾਹੁੰਦੇ ਹੈਗੇ ਨੇ, ਇਸ ਸੰਬੰਧੀ ਆਪਾਂ ਲੋਕਾਂ ਦੀ ਰਾਏ ਜਾਣਨ ਦੇ ਲਈ ਅੱਜ ਹਮਦਰਦ ਦੀ ਟੀਮ ਹੈਗੀ ਮੁੱਲਾਪੁਰ ਪਹੁੰਚੀ ਹੈ, ਜਿੱਥੇ ਆਪਾਂ ਜਾਣਾਂਗੇ ਕਿ ਕਿਹੜੀ ਸਿਆਸੀ ਪਾਰਟੀ ਦਾ ਜਿਹੜਾ ਕਿ ਰੁੱਖ ਇਸ ਸਮੇਂ ਸਭ ਤੋਂ ਵੱਧ ਹੈਗਾ, ਅਤੇ ਲੋਕ ਕਿਹੜੀ ਪਾਰਟੀ ਨੂੰ ਆਪਣੀ ਜਿਹੜੇ ਕਿ ਦਿਲਚਸਪੀ ਦਿਖਾ ਰਹੇ ਨੇ, ਅਤੇ ਕਿਹੜੇ ਉਮੀਦਵਾਰ ਦੇ ਹੱਕ ਦੇ ਵਿੱਚ ਲੋਕ ਵੋਟ ਭੁਗਤਣਗੇ, ਲੋਕਾਂ ਦੇ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ। ਆਓ ਲੈ ਚੱਲਦੇ ਹਾਂ ਮੁੱਲਾਪੁਰ ਤੁਹਾਨੂੰ। ਤਾਂ ਪਿੰਡ ਦੇ ਵਿੱਚ ਕੁਝ ਜਿਹੜੇ ਲੋਕ ਹੈਗੇ ਨੇ ਮੌਜੂਦ ਆ, ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਹਾਂ। ਇੱਕ ਨੌਜਵਾਨ ਇੱਥੇ ਸ਼ਰਧਾਈਆਂ ਤਿਆਰ ਕਰ ਰਿਹਾ। ਬਾਈ ਜੀ ਪੂਰਾ ਰਗੜਾ ਚੜ ਰਿਹਾ ਫਿਰ ਤਾਂ? ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋ ਸ਼ਰਧਾਈਆਂ ਨੂੰ ਪੂਰਾ ਰਗੜਾ ਚੜ ਰਿਹਾ ਫਿਰ। ਕਿਹੜੇ ਕਿਹੜੇ ਲੀਡਰਾਂ ਨੂੰ ਤਿਆਰ ਕੀਤੀ ਜਾ ਰਹੀ ਹੈ ਸ਼ਰਧਾਈਆਂ? ਸ਼ਰਧਾਈਆਂ ਤਾਂ ਬਾਬਾ ਜੀ ਆਪਣੇ ਭਾਰਤ ਦੇ ਲੀਡਰਾਂ ਦਾ ਤਾਂ ਬਾਈਕਾਟ। ਬਾਈਕਾਟ ਹੈ ਹਾਂ, ਕਿਸਾਨਾਂ ਵਾਲੇ ਮਸਲੇ ਕਰਕੇ ਦੇਖੋ ਸਾਡਾ ਹੱਲ ਨਹੀਂ ਕਰਿਆ ਹੈਗਾ। ਬਾਕੀ ਬੰਦੀ ਸਿੰਘ ਰਿਹਾ ਨਹੀਂ ਕਰੇ 40-40 50-50 ਸਾਲ ਹੋ ਗਏ। ਬਾਕੀ ਸਾਡੇ ਸਿੰਘ ਦਿਬਰੂਗੜ੍ਹ ਜੇਲ੍ਹ 'ਚ ਪਹੁੰਚਾ ਤੇ। ਅੱਛਾ, ਸਾਨੂੰ ਇਹ ਚੀਜ਼ਾਂ ਕਰਕੇ ਵੀ ਬਾਈਕਾਟ ਹੈ ਜੀ। ਹਾਂ, ਕਿਸੇ ਸਿਆਸੀ ਪਾਰਟੀ ਨੇ ਕਿਸੇ ਵੀ ਇੱਥੇ ਪਹੁੰਚ ਨਹੀਂ ਕੀਤੀ ਪਿੰਡ ਦੇ ਵਿੱਚ ਆਉਣ ਨੂੰ ਪ੍ਰਚਾਰ? ਐਂਟਰੀ ਉਹ ਨਹੀਂ ਹੈ ਜੀ, ਪਿੰਡਾਂ ਵਾਲੇ ਸਾਰੇ ਵੀ ਆਪਣਾ ਸਿਮਰਜੀਤ ਮਾਨ ਹੈ ਜਿਹੜਾ ਖਾਲਿਸਤਾਨੀ ਪਾਰਟੀ ਹੈ, ਸਭ ਉਹਦੇ ਨਾਲ ਖੜੇ ਹੈ। ਹਾਂ, ਬਾਕੀ ਜਿਸ ਤਰ੍ਹਾਂ ਦੇ ਨਾਲ ਹੋਰ ਨੌਜਵਾਨ ਮੌਜੂਦ ਨੇ, ਬਾਈ ਕੀ ਲੱਗਦਾ ਇੱਥੇ ਕੀ ਮਾਹੌਲ ਹੈਗਾ ਇਸ ਸਮੇਂ ਚੋਣਾਂ ਨੂੰ ਲੈ ਕੇ? ਕੁਛ ਨਹੀਂ ਹੈਗਾ ਜੀ, ਉਰੇ ਤਾਂ ਅਸੀਂ ਤਾਂ ਤੁਹਾਨੂੰ ਪਤਾ ਹੀ ਹੈ ਸ਼ਾਂਤ ਮਾਹੌਲ ਹੈ, ਚੰਡੀਗੜ੍ਹ ਮਾ ਹੋਊਗਾ, ਪੰਜਾਬ ਮਾ ਕੋਈ ਐਂਟਰ ਨਹੀਂ ਹੋ ਸਕਦਾ, ਬਿਲਕੁਲ ਸ਼ਾਂਤ ਮਾਹੌਲ ਹੈ। ਸੋ ਕਿਸੇ ਪਾਰਟੀ ਤੋਂ ਉਮੀਦ ਹੈਗੀ ਹੈ ਕਿ ਲੋਕਾਂ ਦੀ ਆਵਾਜ਼ ਸੁਣੀ ਜਾਵੇਗੀ? ਅੰਮ੍ਰਿਤਪਾਲ ਸੁਮਿਤਪਾਲ ਦੇ ਹੱਕ ਦੇ ਵਿੱਚ, ਉਹ ਵੀ ਵੈਸੇ ਖੜੇ ਨੇ ਇਸ ਵਾਰ ਇਲੈਕਸ਼ਨ ਦੇ ਵਿੱਚ। ਅਸੀਂ ਤਾਂ ਉਹਨਾਂ ਨਾਲੇ ਹੈ ਜੀ, ਵੋਟ ਦਊਂਗੇ ਪੂਰਾ। ਹਾਂਜੀ, ਉਹਨਾਂ ਨਾਲੇ ਹੈ ਜੀ, ਅਸੀਂ ਤਾਂ ਸ਼ੁਰੂ ਤੋਂ ਹੀ ਉਹਨਾਂ ਨਾਲੇ ਜੀ। ਤੋ ਕੀ ਲੱਗਦਾ ਕਿ ਯੂਥ ਦੀ ਆਵਾਜ਼ ਹੋਰ ਕੋਈ ਸਿਆਸੀ ਪਾਰਟੀ 'ਚ ਦਮ ਨਹੀਂ ਸੀ ਬੁਲੰਦ ਕਰ ਸਕੇ? ਨਹੀਂ ਜੀ, ਹੋਰ ਤਾਂ ਅਸੀਂ ਆਣੇ ਨਹੀਂ ਦੇਣਾ। ਵੱਡੇ ਮੁੱਦੇ ਕੀ ਨੇ ਯੂਥ ਦੇ? ਕੀ ਵੱਡੇ ਮੁੱਦੇ ਸਾਡੇ ਨਾਲ? ਤਾਂ ਜੀ ਉਹਨਾਂ ਨੇ ਤੁਹਾਨੂੰ ਦੇਖਿਆ ਹੀ ਜੀ, ਸਾਡੇ ਨਾਲ ਕਿਆ ਕਰਿਆ ਸਰਕਾਰਾਂ ਨੇ, ਕਿਆ ਕਰਿਆ ਜੀ ਉਹਨਾਂ ਨੇ ਬੰਦੀ ਸਿੰਘਾਂ ਦਾ, ਕਿਆ ਕਰਿਆ? ਸਾਨੂੰ ਤਾਂ ਕੋਈ ਫਾਇਦਾ ਨਹੀਂ ਹੈਗਾ ਜੀ ਉਹਨਾਂ ਦਾ, ਅਸੀਂ ਤਾਂ ਆਪਣੇ ਬੰਦਿਆਂ ਨਾਲ ਖੜੇ ਹੋਊਂਗੇ ਜਿਹੜੇ ਸਾਡੇ ਹੱਕ 'ਚ ਜੀ। ਗੱਲਬਾਤ ਕੀਤੀ ਯੂਥ ਦਾ ਰੋਸ ਹੈ ਸਿਆਸੀ ਲੀਡਰਾਂ ਦੇ ਪ੍ਰਤੀ, ਹੋਰ ਜਿਹੜੇ ਆਗੂ ਹੈਗੇ ਨੇ, ਬਾਈ ਜੀ ਕੀ ਦੇਖ ਰਹੇ ਹੋ, ਕਿਸ ਵਾਰ ਜਿਤਾ ਰਹੇ ਹੋ ਇਸ ਵਾਰ? ਇਸ ਵਾਰ ਭਾਅ ਜੀ ਕੁਛ ਕੋਈ ਪਤਾ ਨਹੀਂ ਹੈ, ਸਿਆਸੀ ਕੰਮ ਹੈ, ਕਿਹੜੀ ਪਾਰਟੀ ਆ ਜਾਣੀ ਹੈ ਕੁਛ ਨਹੀਂ ਪਤਾ ਬਿਲਕੁਲ ਵੀ। ਸੋ ਤੁਸੀਂ ਜਦੋਂ ਵੋਟ ਪਾਓਗੇ ਕਿਹੜੇ ਮੁੱਦਿਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣੀ ਵੋਟ ਭੁਗਤੋਗੇ? ਵਿਕਾਸ ਦੇ ਮੁੱਦਿਆਂ ਨੂੰ ਸਭ ਤੋਂ ਜ਼ਿਆਦਾ ਪਹਿਲ ਦਊਂਗੇ, ਉਸ ਤੋਂ ਇਲਾਵਾ ਕਿਸੇ ਨੂੰ ਨਹੀਂ। ਜਿਹੜੇ ਉਮੀਦਵਾਰ ਖੜੇ ਨੇ ਉਹਨਾਂ ਤੋਂ ਕੋਈ ਉਮੀਦਾਂ ਹੈਗੀਆਂ ਇਸ ਵਾਰ? ਭਾਅ ਜੀ ਸਾਰੀ ਬਸ ਇੱਕ ਪੰਜੇ ਉਂਗਲੀਆਂ ਇੱਕ ਸਾਰ ਹੈ, ਕਿਸੇ ਤੋਂ ਕੋਈ ਉਮੀਦ ਨਹੀਂ, ਸਭ ਆਪਣੇ ਪੇਟ ਨੂੰ ਪਿੱਟਦੇ ਆ, ਕੋਈ ਕਿਸੇ ਜਨਤਾ ਵਾਸਤੇ ਕੁਛ ਨਹੀਂ ਸੋਚਦਾ ਜੀ। ਸ਼ੁਕਰੀਆ ਗੱਲਬਾਤ ਕਰਨ ਲਈ। ਬਾਕੀ ਜਿਹੜੇ ਯੂਥ ਹੈਗਾ ਉਹਨਾਂ ਦੇ ਪ੍ਰਤੀ ਰੋਸ ਹੈ ਕਿ ਜਿਹੜੇ ਲੀਡਰ ਨੇ ਉਹ ਸਿਰਫ ਆਪਣੀਆਂ ਕਰਦੇ ਨੇ ਪਰ ਲੋਕ ਸਮੱਸਿਆਵਾਂ ਦੇ ਉੱਪਰ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ। ਸੋ ਕੁਝ ਜਿਹੜੇ ਇੱਥੋਂ ਦੇ
ਹੋਰ ਬਸ਼ਿੰਦੇ ਹੈਗੇ ਨੇ ਉਹਨਾਂ ਨਾਲ ਵੀ ਰਾਬਤਾ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਮੁੱਦਿਆਂ ਦੇ ਉੱਪਰ ਉਹ ਇਸ ਵਾਰ ਚੋਣਾਂ ਨੂੰ ਮੁੱਖ ਰੱਖ ਕੇ ਜਿਹੜੇ ਕਿ ਆਪਣੀ ਵੋਟ ਅਧਿਕਾਰ ਦਾ ਇਸਤੇਮਾਲ ਕਰਨਗੇ। ਬਾਈ ਜੀ ਕੀ ਸੋਚਦੇ ਇਸ ਵਾਰ ਕਿਹਦਾ ਦੌਰ ਹੈ ਇਸ ਪਿੰਡ ਦੇ ਵਿੱਚ ਸਿਆਸੀ ਪਾਰਟੀ ਦਾ? ਭਾਈ ਕੋਈ ਨਹੀਂ ਦੌਰ ਹੈ ਯਾਰ, ਵੋਟ ਪਾਉਣੀ ਨਹੀਂ ਚਾਹੀਦੀ ਪਹਿਲੀ ਗੱਲ। ਕਿਉਂ? ਕੰਮ ਨਾ ਕੋਈ ਕਰਦੀ ਨਹੀਂ ਪਾਰਟੀ। ਫਿਰ ਵੀ ਦੇਸ਼ ਦੀ ਤਰੱਕੀ ਦੇ ਲਈ ਇੱਕ ਕੋਈ ਸਰਕਾਰ ਹੁੰਦੀ ਹੈਗੀ ਜਿਹੜੀ ਕਿ ਦੇਸ਼ ਨੂੰ ਚਲਾਉਂਦੀ, ਫਿਰ ਯੂਥ ਇਹ ਸੋਚੇਗਾ ਤਾਂ ਫਿਰ ਦੇਸ਼ ਕਿਸ ਪਾਸੇ ਜਾਵੇਗਾ? ਯੂਥ ਨੇ ਬਹੁਤ ਸੋਚ ਕੇ ਵੋਟ ਪਾਈ ਆਮ ਪਾਰਟੀ ਨੂੰ, ਕੁਛ ਨਹੀਂ ਬਣਿਆ, ਆਪ ਹੀ ਪਾਰਟੀ ਨਹੀਂ ਰਹੀ। ਸੋ ਰੋਸ ਹੈਗਾ ਜਿਹੜੇ ਕਿ ਲੋਕਾਂ ਨੇ ਉਮੀਦਾਂ ਦੇ ਨਾਲ ਬਦਲਾਅ ਲਿਆਂਦਾ ਸੀ, ਉਹ ਬਦਲਾਅ ਹੋਇਆ ਨਹੀਂ? ਇੱਕ ਬਿਜਲੀ ਮਾਫ਼ ਕਰੀ, ਹੋਰ ਕੁਛ ਨਹੀਂ ਮਾਫ਼ ਨਹੀਂ ਹੈ। ਬਿਜਲੀ ਮਾਫ਼ ਹੋਣੀ ਨਹੀਂ ਚਾਹੀਦੀ, ਕੋਈ ਵੀ ਚੀਜ਼ ਮਾਫ਼ ਨਹੀਂ ਹੋਣੀ, ਘੱਟ ਦਿਓ, ਸਸਤੀ ਕਰ ਦਿਓ, ਥੋੜ੍ਹੀ ਜਿਹੀ ਮਾਫ਼ ਨਾ ਕਰੋ ਜੀ। ਸੋ ਮੁਫ਼ਤ ਦੀਆਂ ਸਹੂਲਤਾਂ ਨੂੰ ਲੈ ਕੇ ਰੋਸ, ਬਾਈ ਜੀ ਤੁਸੀਂ ਕਿੱਦਾਂ ਸੋਚਦੇ ਹੈਗੇ ਹੋ ਜਿਹੜੇ ਇਲੈਕਸ਼ਨ ਦਾ ਦੌਰ ਹੈ, ਕਿਹੜੀ ਪਾਰਟੀ ਦਾ ਦੌਰ ਹੈ ਇਸ ਸਮੇਂ 'ਤੇ, ਕਿਹਨੂੰ ਜਿਤਾਉਣਾ ਚਾਹੁੰਦੇ ਹੋ? ਬਾਈ ਆਪਾਂ ਨੂੰ ਕੋਈ ਆਈਡੀਆ ਨਹੀਂ ਹੈਗਾ, ਆਪਣਾ ਕੋਈ ਸਿਆਸਤ ਜਾਣੀ ਕੋਈ ਉਹ ਨਹੀਂ, ਮੈਂ ਨਿਊਜ਼ ਕੁਛ ਨਹੀਂ ਦੇਖਦਾ। ਤੁਹਾਡੀ ਵੋਟ ਬਣੀ, ਵੋਟ ਤਾਂ ਪਾਉਂਦੇ ਹੋ ਫਿਰ? ਨਹੀਂ ਵੋਟ ਤਾਂ ਬਣੀ, ਆਪਣਾ ਸਰਪੰਚੀ ਵਾਲੀ ਪਾਈ ਦੀ ਹੈ ਜੀ, ਵੈਸੇ ਤਾਂ ਨਹੀਂ ਪਾਈ, ਨਹੀਂ ਪਾਉਂਦੇ? ਨਹੀਂ ਨਹੀਂ। ਸੋ ਕਿਉਂ, ਇਹਦੀ ਵਜ੍ਹਾ ਕੀ ਹੈ? ਕਿਉਂਕਿ ਇੱਕ ਇੱਕ ਵੋਟ ਦੀ ਅਹਿਮੀਅਤ ਬਹੁਤ ਹੁੰਦੀ ਹੈ ਬਾਈ ਜੀ, ਜੇ ਤੁਸੀਂ ਇੱਦਾਂ ਆਪਣੀ ਵੋਟ ਨੂੰ ਵੇਸਟ ਕਰੋਗੇ ਤਾਂ ਫਿਰ ਕੰਮ ਬੀਜੀ ਜਾਂਦੇ ਹਾਂ ਜੀ, ਕਿਆ ਕਰੀਏ ਜੀ, ਟਾਈਮ ਹੀ ਨਹੀਂ ਮਿਲਦਾ ਜੀ ਸਾਡੇ ਦਾ, ਜੇ ਅੱਜ ਕਮਾਵਾਂਗੇ ਤਾਂ ਖਾਵਾਂਗੇ ਅੱਗੇ। ਯਾਨੀ ਕਿ ਇਲੈਕਸ਼ਨਾਂ ਤੋਂ ਕੋਈ ਲੈਣਾ ਦੇਣਾ ਨਹੀਂ, ਆਪਣੇ ਕਿੱਤੇ ਵੱਲ ਧਿਆਨ ਦੇਣਾ? ਆਪਾਂ ਤਾਂ ਆਪਣਾ ਕੰਮ ਨਹੀਂ ਕਰਨਾ ਜੀ, ਆਪਾਂ ਨੂੰ ਕਿਸੇ ਨੇ ਕੁਛ ਨਹੀਂ ਦੇਣਾ ਜੀ। ਸੋ ਇਹ ਦਿਹਾੜੀਦਾਰ ਜਿਹੜੇ ਹੈਗੇ ਨੇ ਲੋਕ, ਇਹ ਉਹਨਾਂ ਦੀ ਸੋਚ ਹੈ ਕਿ ਸਾਨੂੰ ਸਰਕਾਰਾਂ ਤੋਂ ਕੋਈ ਲੈਣਾ ਦੇਣਾ, ਸਾਨੂੰ ਆਪਣੇ ਕੰਮ ਦੇ ਵੱਲ ਧਿਆਨ ਦੇਣਾ। ਔਰ ਕਿਆ ਸੋਚਦੇ ਹੋ ਬਾਈ, ਕਿਸਕਾ ਇਸ ਵਾਰ ਸਰਕਾਰ ਬਣਨ ਜਾ ਰਹੇ ਹੋ ਆਪ? ਬਾਈ ਹਮਕੋ ਤੋ ਅਭੀ ਹਮ ਤੋ ਯਹੀ ਕੇ ਯੂਪੀ ਕੇ ਹੈ ਹਮ ਸਰਕਾਰ ਤੋ ਅਭੀ। ਤੋ ਪੰਜਾਬ ਮੇਂ ਆਪ ਆਏ ਹੋ, ਤੋ ਪੰਜਾਬ ਮੇਂ ਕਿਸ ਪਾਰਟੀ ਕਾ ਜ਼ੋਰ ਲੱਗ ਰਿਹਾ ਹੈ ਫਿਰ? ਜ਼ੋਰ ਤੋ ਅਬ ਤੋ ਕਿਸਕਾ, ਕਾਂਗਰਸ ਕਾ ਲੱਗ ਰਿਹਾ ਹੈ। ਸੋ ਬਾਕੀ ਖਾਸ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਪ੍ਰਵਾਸੀ ਜਿਹੜੇ ਨੇ ਉਹ ਬਹੁਤ ਆਦ ਗਿਣਤੀ ਦੇ ਵਿੱਚ ਨੇ, ਅਤੇ ਕਈ ਜਿਹੜੇ ਕਿ ਇੱਥੇ ਉਹ ਆਪਣੀ ਵੋਟ ਵੀ ਬਣਵਾ ਚੁੱਕੇ ਨੇ, ਅਤੇ ਉਹਨਾਂ ਦੇ ਵੱਲੋਂ ਵੀ ਚੋਣਾਂ ਦੇ ਵਿੱਚ ਜਿਹੜੀ ਸਰਗਰਮ ਭੂਮਿਕਾ ਖਾਸ ਕਰਕੇ ਨਿਭਾਈ ਜਾਂਦੀ ਹੈ। ਹੋਰ ਲੋਕਾਂ ਨਾਲ ਵੀ ਆਪਾਂ ਰਾਬਤਾ ਕਰਦੇ ਹਾਂ। ਹਾਂਜੀ ਬਾਪੂ ਜੀ, ਕੀ ਸੋਚਦੇ ਹੋ ਇਲੈਕਸ਼ਨਾਂ ਨੂੰ ਲੈ ਕੇ ਇਸ ਵਾਰ, ਕਿਹੜੀ ਪਾਰਟੀ ਨੇ ਜ਼ਿਆਦਾ ਆਪਣੀ ਜਿਹੜੀ ਵਾਹ ਲਗਾਈ ਹੋਈ ਹੈ? ਮੈਂ ਕਦੇ ਇਹੋ ਜਿਹੇ ਕੰਮਾਂ 'ਚ ਪਿਆ ਨਹੀਂ ਆ ਰਹੀ ਜ਼ਿਮੀਂਦਾਰ, ਹੋਰ ਕਿਸੇ ਤੋਂ ਪਤਾ ਕਰੋ ਜਿਹੜਾ ਇਹੋ ਜਿਹੇ ਕੰਮ ਕਰਦਾ। ਸੋ ਫਿਰ ਵੀ ਤੁਸੀਂ ਕਿਹਨੂੰ ਦੇਖਦੇ ਹੋ ਕਿ ਵਧੀਆ ਜਿਹੜੀ ਕਿ ਸਰਕਾਰ ਬਣਾ ਸਕਦੀ ਹੈ? ਸਰਕਾਰਾਂ ਕਿਹਨੇ ਬਣਾਉਣੀਆਂ, ਕਿਹਨੇ ਕਿਆ ਕਰਨਾ, ਬਸ ਆਮ ਪਬਲਿਕ ਦੀ ਤਾਕਤ ਹੈ ਕਿ ਸਰਕਾਰਾਂ ਬਣਾਉਂਦੀਆਂ ਨੇ। ਇਸ ਚੀਜ਼ਾਂ ਬਾਰੇ ਮੈਨੂੰ ਨੌਲੇਜ ਨਹੀਂ ਹੈ ਯਾਰ, ਮੈਂ ਤਾਂ ਕਿਆ ਪੁੱਛਦੇ। ਚਲੋ ਜਿਹੜਾ ਬੰਦਾ ਹੈ ਇਹੋ ਜਿਹਾ ਕੰਮਾਂ ਧਿਆਨ ਰੱਖਦਾ, ਇਹ ਤਾਂ ਅਨਪੜ੍ਹ ਬੰਦੇ ਹੈ, ਖੇਤਾਂ ਖੁੱਤਾਂ 'ਚ ਮਰੀ ਜਾਓ ਬਸ। ਚਲੋ ਠੀਕ ਹੈ ਜੀ, ਜਿਸ ਤਰ੍ਹਾਂ ਦੇ ਨਾਲ ਹੋਰ ਜਿਹੜੇ ਕਿ ਲੋਕ ਇੱਥੋਂ ਆ ਰਹੇ ਨੇ, ਉਹਨਾਂ ਦੀ ਜਿਹੜੀ ਹੈ ਜ਼ੁਬਾਨੀ ਜਾਣਨਾ ਚਾਹਵਾਂਗੇ ਕਿ ਉਹ ਸੋਚਦੇ ਹੈਗੇ ਨੇ, ਕਿਉਂਕਿ ਤਮਾਮ ਜਿਹੜੇ ਵੱਡੇ ਮੁੱਦੇ ਨੇ ਪੰਜਾਬ ਦੇ ਨਾਲ ਜੁੜੇ ਹੋਏ, ਕਿਸਾਨੀ ਦਾ ਮਸਲਾ ਹੋਵੇ, ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੋਵੇ, ਬੇਰੁਜ਼ਗਾਰੀ ਹੋਵੇ, ਨਸ਼ਿਆਂ ਦਾ ਮੁੱਦਾ ਖਾਸ ਕਰਕੇ ਇਹਨਾਂ ਚੋਣਾਂ ਦੇ ਵਿੱਚ ਕਾਫੀ ਸਰਗਰਮ ਰਹਿਣ ਵਾਲਾ ਹੈ, ਅਤੇ ਇਹਨਾਂ ਤਮਾਮ ਮੁੱਦਿਆਂ ਨੂੰ ਲੈ ਕੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰਕੇ ਜਿਹੜਾ ਕਿ ਸਰਕਾਰ ਬਣਾਉਣ ਦੀ ਉਹ ਸੋਚ ਲੈ ਕੇ ਬੈਠੇ ਹੈਗੇ ਨੇ। ਕੁਝ ਸਥਾਨਕ ਲੋਕ ਵੀ ਹੈਗੇ ਨੇ, ਉਹਨਾਂ ਨਾਲ ਰਾਬਤਾ ਕਰਦੇ ਹਾਂ। ਹਾਂਜੀ ਕੀ ਸੋਚਦੇ ਹੋ ਜੀ, ਵੋਟਾਂ ਪੈ ਰਹੀਆਂ ਨੇ ਅਤੇ ਕਿਵੇਂ ਮਾਹੌਲ ਲੱਗਦਾ ਹੈ ਪੰਜਾਬ ਦੇ ਵਿੱਚ, ਕੀ ਸਥਿਤੀ ਹੈ? ਸੋ ਦੇਖ ਸਕਦੇ ਹੋ ਕਿ ਇਹਨਾਂ ਦਾ ਹੈਗਾ ਕਿ ਕਹਿੰਦੇ ਸਾਨੂੰ ਕੋਈ ਵੋਟਾਂ ਦਾ ਲੈਣਾ ਦੇਣਾ ਨਹੀਂ। ਬਾਈ ਜੀ ਯੂਥ ਕੀ ਸੋਚਦਾ ਇਲੈਕਸ਼ਨ ਨੂੰ ਲੈ ਕੇ, ਇੱਕ ਵਾਰੀ ਆਪਣਾ ਰਿਵਿਊ ਦੇ ਕੇ ਜਾਇਓ, ਕੀ ਸੋਚਦੇ ਹੋ? ਹਾਂਜੀ ਕੀ ਸੋਚਦੇ ਹੋ ਕਿ ਸਿਆਸਤਦਾਨ ਬਾਕੀ ਜਿਹੜੇ ਹੈਗੇ ਨੇ ਐਕਚੁਅਲ 'ਚ ਆਪਣੀ ਜਿਹੜੀ ਹੈ ਸੇਵਾਵਾਂ ਵਧੀਆ ਨਿਭਾਉਂਦੇ ਨੇ? ਠੀਕ ਹੈ ਬਸ, ਠੀਕ ਠੀਕ ਹੈ, ਕਿਆ ਕਹੀ ਇਹਨਾਂ ਦਾ।
ਸੋ ਕਿਹੜੀ ਸਿਆਸੀ ਪਾਰਟੀ ਨੂੰ ਤੁਸੀਂ ਦੇਖ ਰਹੇ ਹੋ ਕਿ ਸਰਕਾਰ ਬਣਾ ਸਕਦੀ ਹੈਗੀ ਇਸ ਟਾਈਮ? ਐਂ ਨਹੀਂ ਸਮਝ ਆ ਰਹੀ ਪੰਜਾਬ ਨੂੰ ਕੌਣ ਬਚਾ ਰਿਹਾ ਯਾਰ, ਕੌਣ ਉਹ ਕਰ ਰਿਹਾ। ਐਵੇਂ ਲੱਗ ਰਿਹਾ ਵੀ ਪੰਜਾਬ ਨੂੰ ਦੂਜੀ ਅੱਖ ਨਾਲ ਦੇਖ ਰਹੇ ਯਾਰ, ਬਾਹਰ ਕੇ ਲੋਕ ਲੁੱਟਣੇ ਫਿਰਦੇ ਪੰਜਾਬ ਨੂੰ, ਕਨਫਿਊਜ਼ਨ ਵਾਲੀ ਸਥਿਤੀ ਬਣੀ ਹੋਈ। ਮਤਲਬ ਚਾਹੇ ਆਪ ਨੂੰ ਲਾ ਲਓ, ਸਾਰੇ ਆਪ ਵਾਲੇ ਵੀ, ਹੁਣ ਬਾਹਰ ਕੀ ਸਰਕਾਰ ਹੈ ਕੁਛ ਕਹਿ ਨਹੀਂ ਸਕਦੇ ਲੋਕ, ਮਤਲਬ ਸੋਚਣ ਮਜਬੂਰ ਹੋਏ ਪਏ ਯਾਰ। ਸ਼ਸ਼ੋਪਨ ਦੇ ਵਿੱਚ ਨੇ ਵੀ ਕਿਹੜੇ ਸਾਡੇ ਨੇ, ਕਿਹੜੇ ਆਪਣੇ ਨੇ, ਕਿਹੜੇ ਬੇਗਾਨੇ ਨੇ? ਬੇਗਾਨੇ ਜੀ, ਹੁਣ ਦੇਖ ਲਓ ਸ਼ਰਾਬ ਕੇ ਘੁਟਾਲੇ ਮਾਂ ਫਸ ਰਹੇ, ਹੁਣ ਪੰਜਾਬ ਵਾਲਿਆਂ ਦਾ ਨੰਬਰ ਆਉਣਾ, ਇਹਨਾਂ ਦਾ ਹੀ ਪਤਾ ਲੱਗਣਾ, ਲੋਕਾਂ ਦਾ ਆ ਜਾਣਾ ਇੱਕ ਦਿਨ। ਸੋ ਬਦਲਾਅ ਬਾਕੀ ਹੋਇਆ ਜੋ ਪੰਜਾਬ ਚਾਹੁੰਦਾ ਸੀ? ਬਦਲਾਅ ਕਾਹਦਾ ਹੋਇਆ ਜੀ, ਵੈਸੇ ਕੁਛ ਦਿਖਦਾ ਰਿਹਾ ਨਹੀਂ ਹੈ ਜੀ। ਬਦਲਾਅ ਕਿਸ ਤਰ੍ਹਾਂ ਬਦਲਾਅ, ਮਤਲਬ ਗੱਲ ਕਰ ਰਹੇ ਸੀ ਕਿਹੜੇ ਬਦਲਾਅ? ਜਿਹੜੇ ਬਦਲਾਅ ਦੀ ਨੀਅਤ ਨਾਲ ਪੰਜਾਬ ਨੇ ਨਵੀਂ ਪਾਰਟੀ ਨੂੰ ਮੌਕਾ ਦਿੱਤਾ ਸੀ, ਉਸ ਬਦਲਾਅ ਦੀ ਗੱਲ ਕਰ? ਕਿਸ ਚੀਜ਼ ਦਾ ਬਦਲਾਅ ਜੀ? ਬਿਜਲੀ ਫਰੀ ਕਰੀ ਆ, ਅਸਾਂ ਕਹਿੰਦੇ ਪੈਸੇ ਲਓ ਬਿਜਲੀ ਦੇ, ਫਰੀ ਕਦੇ ਕਰੀ ਬਾਈ? ਪੈਸੇ ਲਓ ਯਾਰ, ਫਰੀ ਦਾ ਮਤਲਬ ਕਿਆ ਮਨ ਤਾਂ ਕਰਨੇ ਦਾ, ਪੈਸੇ ਚਾਹੀਦੇ ਨਾ ਸਾਨੂੰ, ਮਿਲਿਆ ਕਿ ਕੁਛ ਵੀ ਨਹੀਂ ਕਰੋ, ਕਿ ਟੈਕਸ ਠੋਕ ਦੇਣਾ ਜੀ, ਇਹ ਤਾਂ ਕੋਈ ਉਹ ਨਹੀਂ ਹੁੰਦਾ ਜੀ। ਫਰੀ ਭਾਜਪਾ ਨੂੰ ਕਿਸ ਤਰ੍ਹਾਂ ਦੇਖ ਲਓ ਪੰਜਾਬ ਦੇ ਵਿੱਚ? ਬਾਈ ਹੌਲੀ ਬੋਲੋ, ਕਦੇ ਆਪਣੇ ਪਿੱਛੇ ਆ ਜਾਵੇ ਦੁਨੀਆ, ਦੇਖੇ ਰਹੇ ਤੁਸੀਂ ਹੈ ਨਾ, ਪੰਜਾਬ ਨਾਲ ਪੰਗਾ ਲਿਆ ਵਾ ਤੈਨੂੰ ਪਤਾ ਹੀ ਹੈ ਬਾਈ। ਤੋ ਦੇਖ ਸਕਦੇ ਹੋ ਕਿ ਕਿਸ ਕਦਰ ਜਿਹੜਾ ਕਿ ਸਿਆਸੀ ਪਾਰਟੀਆਂ ਦੇ ਪ੍ਰਤੀ ਰੋਸ ਹੈਗਾ, ਯੁੱਧ ਹੈ ਕਿ ਤਮਾਮ ਮੁੱਦਿਆਂ ਦੇ ਉੱਪਰ ਸਬਜ਼ ਬਾਗ ਤਾਂ ਦਿਖਾ ਦਿੱਤੇ ਜਾਂਦੇ ਪਰ ਮਸਲਾ ਹੱਲ ਕੋਈ ਵੀ ਨਹੀਂ ਹੁੰਦਾ। ਸੋ ਪਿੰਡ ਦੇ ਕੁਝ ਜਿਹੜੀਆਂ ਕਿ ਮੋਤਬਰ ਸ਼ਖਸੀਅਤਾਂ ਨੇ, ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਕੀ ਸਥਿਤੀ ਹੈ। ਬਾਪੂ ਜੀ ਕੀ ਦੇਖਦੇ ਹੋ ਇਸ ਸਮੇਂ, ਮਾਹੌਲ ਕੀ ਹੈ ਇਲੈਕਸ਼ਨ ਦਾ ਲੈ ਕੇ ਪਿੰਡ ਦੇ ਵਿੱਚ? ਮੈਂ ਕਹਿੰਦਾ ਮੈਨੂੰ ਤਾਂ ਕੋਈ ਪਤਾ ਨਹੀਂ, ਕਿਸੇ ਨੇ ਕੰਮ ਕਰਿਆ ਨਾ ਕਰਦਾ ਹੈਗਾ, ਨਾ ਅਸੀਂ ਵੋਟਾਂ ਪਾਉਣੀਆਂ। ਰੋਸ ਕਿਸ ਪਾਰਟੀ ਦੇ ਖਿਲਾਫ ਹੈਗਾ? ਸਾਰੀਆਂ ਤੇ, ਕਿਸੇ ਨੇ ਸਾਰ ਨਹੀਂ ਲਈ, ਕਿਸੇ ਨੇ ਕੁਛ ਨਹੀਂ ਕਰਿਆ ਪਿੰਡ ਵਾਸਤੇ ਤਾਂ। ਸੋ ਵੋਟ ਪਾਉਣਾ ਹਰ ਇੱਕ ਦਾ ਅਧਿਕਾਰ ਹੈਗਾ, ਇੱਕ ਇੱਕ ਵੋਟ ਦੀ ਕੀਮਤ ਬਹੁਤ ਹੁੰਦੀ ਸਰਕਾਰ ਬਣਾਉਣ ਦੇ ਵਿੱਚ, ਪਾਉਣੀ ਨਹੀਂ। ਸੋ ਕੋਈ ਆਗੂ ਪਹੁੰਚਿਆ ਹੁਣ ਤੱਕ ਪਿੰਡ ਦੇ ਵਿੱਚ ਪ੍ਰਚਾਰ ਕਰਨ? ਕੋਈ ਆਗੂ ਨਹੀਂ, ਕੋਈ ਆਗੂ ਨਹੀਂ ਪਹੁੰਚਿਆ। ਸੋ ਕਿਸੇ ਪਾਰਟੀ ਤੋਂ ਉਮੀਦ ਹੈਗੀ? ਕਿਸੇ ਤੇ ਉਮੀਦ ਨਹੀਂ ਹੈ, ਨਾ ਉਮੀਦ ਹੈ ਨਾ ਰੱਖਣੀ ਹੈ, ਨਾ ਕੋਈ ਹੈ ਚੰਗਾ। ਜਿੰਨੇ ਪਾਰਟੀਆਂ ਆਈਆਂ ਇੱਕ ਤੇ ਇੱਕ ਚੜ੍ਹਤ ਤੇ ਚੜ੍ਹਤ ਆਈ ਹੈ, ਕਿਸੇ ਨੇ ਕੋਈ ਕੰਮ ਨਹੀਂ ਕਰਿਆ, ਜਿਹੜਾ ਇੱਕ ਵਾਰੀ ਬਣ ਲਿਆ ਮੁੜ ਕੇ ਉਰੇ ਆਏ ਨੇ ਬਸ। ਤੋ ਹੁਣ ਮੌਜੂਦਾ ਇੱਥੋਂ ਦੀ ਮੰਤਰੀ ਵੀ ਹੈਗੀ, ਉਹਨਾਂ ਨੇ ਕਦੇ ਸਾਰ ਲਈ? ਉਹਨਾਂ ਇੱਕ ਵਾਰ ਵੀ ਨਹੀਂ ਆਈ ਮੁੜ ਕੇ, ਬਣ ਤੋਂ ਬਾਅਦ ਆਈ ਵੀ ਨਹੀਂ ਹੈ, ਪਤਾ ਵੀ ਨਹੀਂ ਲੱਗਿਆ, ਉਰੇ ਆ ਕੇ ਵੀ ਨਹੀਂ ਦੇਖਿਆ ਪਿੰਡ ਵਿੱਚ। ਉਹ ਕਹਿੰਦੀ ਮੈਂ ਕੰਮ ਕਰ ਰਹੀ ਹੈ, ਇੰਨਾ ਮੇਰਾ ਸਾਥ ਦੇ ਰਹੇ, ਉਹਨੇ ਤਾਂ ਆਣ ਕੇ ਦਿਖਾਇਆ ਵੀ ਨਹੀਂ ਮੂੰਹ ਇੱਕ ਵਾਰੀ ਵੀ ਕਦੀ। ਫਿਰ ਅਸੀਂ ਕਿਆ ਕਹੇ, ਕਿਹੜੀ ਪਾਰਟੀ ਨੂੰ? ਕੋਈ ਪਾਰਟੀ ਨਹੀਂ ਜੀ ਚੰਗੀ, ਨਾ ਅਕਾਲੀ, ਨਾ ਕਾਂਗਰਸ, ਨਾ ਬੀਜੇਪੀ, ਨਾ ਆਮ ਆਦਮੀ। ਹੁਣ ਆਵੇ ਆਦਮੀ ਨੂੰ ਸਾਰੀ ਜਨਤਾ ਨੇ ਇੰਨੀਆਂ ਵੋਟਾਂ ਪਾ ਕੇ 92% ਬਣਾਏ ਤੇ ਉਹ ਫਿਰ ਕਿਆ ਕਰਿਆ? ਮਲਮਲੇ ਉਹ ਮਤਲਬ ਇੱਕ ਉਹ ਦੇ ਦੀ ਬਿਜਲੀ ਦੇ ਦੀ ਜੀ, ਬਿਜਲੀ ਦੇ ਦੀ ਚੱਲ ਗਰੀਬੀ ਚੱਕ ਹੋ ਜਾਣੀ ਹੈ। ਸੋ ਤੁਸੀਂ ਕੀ ਸੋਚਦੇ ਹੈਗੇ ਬਾਪੂ ਜੀ, ਕੀ ਲੱਗਦਾ? ਬੋਲ ਰਹੇ ਜੀ, ਮੈਂ ਬੋਲਣਾ। ਸੋ ਤੁਸੀਂ ਵੀ, ਤੁਹਾਡੀ ਵੀ ਵੋਟ ਬਣੀ ਹੈ, ਤੁਸੀਂ ਵੀ ਤਾਂ ਵੋਟ ਦਾ ਅਧਿਕਾਰ ਦਾ ਇਸਤੇਮਾਲ ਕਰੋਗੇ। ਇਹਦੀ ਗੱਲ ਹੈ ਕਿਹਨੂੰ ਵੋਟਾਂ ਪਾਵਾਂ, ਕਿਹਨੂੰ ਨਾ ਪਾਵਾਂ, ਕਿਹਨੂੰ ਪਾਉਂ, ਕਿਹਨੂੰ ਜਿਤਾਉਂਗੇ? ਕਿਸੇ ਨੇ ਕੁਛ ਨਹੀਂ ਕਰਨਾ ਜੀ ਵੀਰੇ। ਹਾਂ, ਬਾਬੂ ਰਾਏ ਪੱਠਾ ਗੋਲ ਹੈਗਾ ਜੀ। ਹਾਂ, ਸੋ ਤੁਸੀਂ ਕਿਸ ਤਰ੍ਹਾਂ ਦੇਖ ਲਓ ਅੰਕਲ ਵੀ ਕੀ ਸਥਿਤੀ ਹੈਗੀ ਇਸ ਸਮੇਂ ਪਿੰਡ ਦੇ ਵਿੱਚ, ਕਿਹੜੀ ਪਾਰਟੀ ਦਾ ਜ਼ੋਰ ਹੈ? ਉਹ ਵੀਰਮਾਲ ਤਾਂ ਗੱਲ ਕਰਨੇ ਦਾ ਪਤਾ ਨਹੀਂ, ਤਾਂ ਕੋਈ ਚੱਕਰ ਨਹੀਂ। ਸੋ ਤੁਸੀਂ ਵੀ ਤਾਂ ਵੋਟ ਪਾਓਗੇ?
ਤੁਹਾਡੀ ਵੀ ਕਾਫੀ ਉਮਰ ਹੈਗੀ, ਤੁਸੀਂ ਕੀ ਸੋਚਦੇ ਹੈਗੇ ਚੋਣਾਂ ਨੂੰ ਲੈ ਕੇ, ਕੀ ਬਾਕੀ ਹਾਲਾਤ ਬਦਲੇ ਹੈਗੇ ਨੇ ਕੁਛ? ਹਾਲਾਤ ਦੇਖਿਆ ਕੁਛ ਨੀ, ਦੇਖਿਆ ਦੇਖਾਂਗੇ ਕਿਤੇ ਪਾਣੀ ਟਾਈਮ ਬਤਾਊਗਾ। ਬਾਕੀ ਕਹਿੰਦੇ ਕਿ ਟਾਈਮ ਦੱਸੇਗਾ ਕਿ ਕਿਹੜੀ ਸਿਆਸੀ ਦਾ ਹਵਾ ਦਾ ਰੁੱਖ ਰਹਿਣ ਵਾਲਾ ਅਤੇ ਕਿਹਦੇ ਹੱਕ ਦੇ ਵਿੱਚ ਜਿਹੜੇ ਲੋਕ ਨੇ ਆਪਣੇ ਵੋਟ ਦਾ ਇਸਤੇਮਾਲ ਕਰਨਗੇ, ਆਉਣ ਵਾਲਾ ਸਮਾਂ ਹੀ ਦੱਸੇਗਾ। ਨਿਆਣਿਆਂ ਦੀ ਆਪਣਾ ਜਿਹੜਾ ਕਣਕ ਮਿਲਦੀ ਹੈ, ਕਹਿੰਦੀ ਉੱਥੇ ਮੈਨੂੰ ਅੱਡੇ ਵੀ ਖੜਕਾ ਕਹਿ ਗਈ, ਕਹਿੰਦੇ ਬਣ ਕੇ ਤੈਨੂੰ ਲਵਾਉਂਗੇ। ਕੌਣ ਕਹਿ ਗਈ? ਜਿਹੜੀ ਆ MLA ਬੜੀ ਵੀ ਹੈ। ਅੱਛਾ, 7ਵੇਂ ਨੰਬਰ 28 ਵੋਟਾਂ ਪਾਈਆਂ ਤੇ ਮੈਂ ਅੱਜ ਇੱਥੇ ਵੀ ਮੇਰੇ ਨਿਆਣੇ ਦੇ 15 ਸਾਲ ਬੱਚੇ ਵੀ ਛੇਵੀਂ ਪੜ੍ਹਦੇ ਆ, ਮੁੰਡੇ ਦੇ ਨਿਆਣੇ, ਅੱਜ ਇੱਥੇ ਹੀ ਮੈਂ ਉਹਦੀ ਕਣਕ ਨਹੀਂ ਮਿਲਦੀ, ਕਾਰਡ ਨਹੀਂ ਬਣਿਆ, 15 ਕਿਲਾ ਕਾਗਜ਼ ਭਰ ਲਏ ਨਿਆਣਿਆਂ ਦੇ ਹਾਲਤ ਹੀ। ਉਹਨਾਂ MLA ਦਾ ਮੁੜਕਾ ਮੂੰਹ ਨਹੀਂ ਦਿਖਾਇਆ ਉਹਦਾ। ਸੋ ਜਿਹੜੇ ਪਿੰਡ ਦੇ ਵਿੱਚ ਜ਼ਿਆਦਾਤਰ ਦੇ ਲੋਕ ਨੇ ਇਹਨਾਂ ਦੇ ਪ੍ਰਤੀ, ਇਹਨਾਂ ਦੇ ਵਿੱਚ ਸਿਆਸੀ ਪਾਰਟੀਆਂ ਪ੍ਰਤੀ ਰੋਸ ਹੈ, ਇਹਨਾਂ ਦਾ ਕਹਿਣਾ ਕਿ ਜਿੱਦੇ ਜਦੋਂ ਇਲੈਕਸ਼ਨ ਹੁੰਦੇ ਨੇ ਉਦੋਂ ਤਾਂ ਜਿਹੜੇ ਕਿ ਆਗੂ ਇਸ 'ਤੇ ਵਿਚਰਦੇ ਨੇ, ਪਰ ਆਮ ਦਿਨਾਂ ਦੇ ਵਿੱਚ ਇੱਥੇ ਕੋਈ ਵੀ ਆਗੂ ਦਿਖਾਈ ਨਹੀਂ ਦਿੰਦਾ। ਸੋ ਵਧੇਰੇ ਅਪਡੇਟ ਲਈ ਜੁੜੇ ਰਹੋ ਹਮਦਰਦ TV ਨਾਲ। ਕੈਮਰਾ ਪਰਸਨ ਮੋਹਨ ਦੇ ਨਾਲ ਪਰਵਿੰਦਰ, ਚੰਡੀਗੜ੍ਹ।